ਹਾਂਜੀ ਬੇਟਾ, ਅੱਜ ਆਪਾਂ ਪਾਠ 9 ਡਾਕਟਰ APJ ਅਬਦੁਲ ਕਲਾਮ ਬਾਰੇ ਪੜਾਂਗੇ। ਠੀਕ ਹੈ, ਉਹਨਾਂ ਦੇ ਜੀਵਨ ਬਾਰੇ ਤੇ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੀ ਕੁਝ ਕੀਤਾ, ਸਭ ਕੁਝ ਆਪਾਂ ਉਹਨਾਂ ਦੇ ਬਾਰੇ ਪੜਾਂਗੇ। ਭਾਰਤ ਦੇ ਸਾਬਕਾ ਰਾਸ਼ਟਰਪਤੀ ਅਤੇ ਸੰਸਾਰ ਪ੍ਰਸਿੱਧ ਵਿਗਿਆਨੀ ਡਾਕਟਰ APJ ਅਬਦੁਲ ਕਲਾਮ ਦਾ ਜਨਮ 15 ਅਕਤੂਬਰ 1931 ਨੂੰ ਦੱਖਣੀ ਭਾਰਤ ਦੇ ਠੀਕ ਹੈ ਪ੍ਰਮੁੱਖ ਤੀਰਥ ਅਸਥਾਨ ਰਾਮੇਸ਼ਵਰਮ ਵਿੱਚ ਹੋਇਆ। ਕਦੋਂ ਉਹਨਾਂ ਦਾ ਜਨਮ ਹੋਇਆ? 15 ਅਕਤੂਬਰ 1931 ਨੂੰ। ਕਿੱਥੇ ਹੋਇਆ ਸੀਗਾ? ਰਾਮੇਸ਼ਵਰਮ ਵਿੱਚ ਹੋਇਆ ਸੀਗਾ। ਉਹਨਾਂ ਦਾ ਪੂਰਾ ਨਾਂ ਕੀ ਸੀਗਾ? ਅਬੁਲ। ਇੱਥੇ ਬੱਬਾ ਆਏਗਾ ਬੇਟਾ, ਠੀਕ ਹੈ, ਬੱਬਾ ਪਾ ਲਓ, ਬਾਬਾ ਪਾਇਆ ਨਾ, ਬੱਬਾ ਆਏਗਾ ਇੱਥੇ। ਅਬੁਲ ਪਾਕਿਰ ਜੈਨੁਲ ਆਬਦੀਨ ਅਬਦੁਲ ਕਲਾਮ ਸੀ। ਪੂਰਾ ਨਾਮ ਕੀ ਸੀ? ਤੁਸੀਂ ਇਹ ਚੰਗੀ ਤਰ੍ਹਾਂ ਯਾਦ ਕਰਨਾ ਬੇਟਾ, ਅਬੁਲ ਪਾਕਿਰ ਜੈਨੁਲ ਆਬਦੀਨ ਅਬਦੁਲ ਕਲਾਮ ਸੀਗਾ। ਇਸ ਲੰਮੇ ਨਾਂ ਦੇ ਪਿੱਛੇ ਜਿਹੜਾ ਅਬੁਲ ਨਾਮ ਸੀ ਉਹ ਉਹਨਾਂ ਦੇ ਪੜਦਾਦੇ ਦਾ ਨਾਮ ਸੀ। ਅਬੁਲ ਨਾਮ ਕਿੰਨਾ ਸੀ? ਉਹਨਾਂ ਦੇ ਪੜਦਾਦੇ ਦਾ ਨਾਮ। ਪਾਕਿਰ ਤੇ ਜੈਨੁਲ ਸੀ ਜਿਹੜਾ ਉਹ ਉਹਨਾਂ ਦੇ ਪਿਤਾ ਦਾ ਨਾਮ ਸੀ। ਪਾਕਿਰ ਜੈਨੁਲ ਆਬਦੀਨ ਉਹਨਾਂ ਦੇ ਪਿਤਾ ਦਾ ਨਾਮ ਸੀਗਾ, ਠੀਕ ਹੈ। ਤੇ ਜਿਹੜੇ APJ ਅਬਦੁਲ ਕਲਾਮ ਦੇ ਪਿਤਾ ਜੀ ਸੀਗੇ ਪਾਕਿਰ ਜੈਨੁਲ, ਠੀਕ ਹੈ, ਉਹ ਕੀ ਹੈ? ਉਹਨਾਂ ਦੇ ਪਿਤਾ ਜੀ ਸਮੁੰਦਰ ਦੇ ਵਿੱਚੋਂ ਮੱਛੀਆਂ ਫੜਨ ਵਾਲੇ ਅਤੇ ਮਲਾਹਾਂ ਲਈ ਬੇੜੀਆਂ ਬਣਾਉਣ ਦਾ ਕੰਮ ਕਰਦੇ ਸੀ, ਠੀਕ ਹੈ, ਤੇ ਜਿਹੜੀਆਂ ਬੇੜੀਆਂ ਸੀਗੀਆਂ ਉਹਨਾਂ ਨੂੰ ਕਿਰਾਏ ਤੇ ਵੀ ਦਿੰਦੇ ਸੀਗੇ। ਕਲਾਮ ਦੀ ਮਾਤਾ ਜੀ ਦਾ ਨਾਮ ਕੀ ਸੀ? ਆਸ਼ਿਆਮਾ ਸੀ। ਪਿਤਾ ਜੀ ਦਾ ਨਾਮ ਯਾਦ ਕਰਨਾ, ਉਹਨਾਂ ਦਾ ਜਨਮ ਕਦੋਂ ਹੋਇਆ, ਠੀਕ ਹੈ, ਤੇ ਉਹ ਕੀ ਕੰਮ ਕਰਦੇ ਸੀਗੇ, ਉਹਨਾਂ ਦੇ ਮਾਤਾ ਜੀ ਦਾ ਨਾਮ। ਉਹਨਾਂ ਦੀ ਇੱਕ ਭੈਣ ਤੇ 3 ਭਰਾ ਹੋਰ ਸਨ ਅਬਦੁਲ ਕਲਾਮ ਜੀ ਦੇ। ਆਪਣੇ ਪਰਿਵਾਰ ਵਿੱਚੋਂ ਕਲਾਮ ਸਕੂਲ ਜਾਣ ਵਾਲਾ ਪਹਿਲਾ ਬੱਚਾ ਸੀਗਾ। ਪੜ੍ਹਾਈ ਦੇ ਨਾਲ ਨਾਲ ਉਹ ਆਪਣੇ ਚਚੇਰੇ ਭਰਾ ਮਤਲਬ ਚਾਚੇ ਦੇ ਭਰਾ ਜਿਹੜੇ ਸ਼ਮਸ਼ਦੀਨ ਨਾਲ ਰਲ ਕੇ ਅਖਬਾਰਾਂ ਵੰਡਣ ਤੇ ਵੇਚਣ ਦਾ ਵੀ ਕੰਮ ਕਰਦੇ ਸਨ। ਬਚਪਨ ਦੇ ਵਿੱਚ ਪਹਿਲਾਂ ਉਹਨਾਂ ਦੀ ਜਿਹੜੇ ਪਰਿਵਾਰ ਸੀ ਉਹਦੇ ਵਿੱਚ ਕੋਈ ਵੀ ਪੜ੍ਹਿਆ ਲਿਖਿਆ ਨਹੀਂ ਸੀਗਾ, ਠੀਕ ਹੈ, ਸਿਰਫ ਇੱਕ ਅਬਦੁਲ ਕਲਾਮ ਸੀ ਜਿਹੜੇ ਪੜ੍ਹਦੇ ਸੀਗੇ ਤੇ ਫਿਰ ਉਹ ਆਪਣੇ ਚਾਚਾ ਜੀ ਦੇ ਬੇਟੇ ਦੇ ਨਾਲ ਮਿਲ ਕੇ ਅਖਬਾਰਾਂ ਵੰਡਣ ਤੇ ਵੇਚਣ ਦਾ ਵੀ ਕੰਮ ਕਰਦੇ ਸੀਗੇ। ਦਸਵੀਂ ਉਹਨਾਂ ਨੇ ਕਿੱਥੇ ਕੀਤੀ? ਰਾਮਾਨਾਥਪੁਰਮ ਦੇ ਸਵਾਟਸ ਹਾਈ ਸਕੂਲ ਤੋਂ ਕੀਤੀ ਤੇ ਇੰਟਰਮੀਡੀਏਟ ਤ੍ਰਿਚਨਾਪਾਲੀ ਦੇ ਸੈਂਟ ਜੋਸਫ ਕਾਲਜ ਤੋਂ ਕੀਤੀ ਉਹਨਾਂ ਨੇ, ਠੀਕ ਹੈ, ਦਸਵੀਂ ਜਿਹੜੀ ਕਲਾਸ ਕੀਤੀ। ਉੱਥੇ ਹੀ ਉਹਨਾਂ ਨੇ 1950 ਤੋਂ 1954 ਤੱਕ ਉਹਨਾਂ ਨੇ BSC ਪਾਸ ਕੀਤੀ, ਬੈਚੁਲਰ ਆਫ ਸਾਇੰਸ ਦੀ ਡਿਗਰੀ, ਠੀਕ ਹੈ, ਗ੍ਰੈਜੂਏਟ ਪਾਸ ਕੀਤੀ ਉਹਨਾਂ ਨੇ। ਪਿਤਾ ਕੋਲ ਅੱਗੇ ਪੜ੍ਹਾਉਣ ਦੀ ਸਮਰੱਥਾ ਨਹੀਂ ਸੀ, ਉਹਨਾਂ ਦੇ ਪਿਤਾ ਕੋਲ ਅੱਗੇ ਪੜ੍ਹਾਉਣ ਦੀ ਸਮਰੱਥਾ ਨਹੀਂ ਸੀਗੀ, ਠੀਕ ਹੈ। ਉਸਦੀ ਵਿਆਹੀ ਭੈਣ ਜੋਹਰਾ, ਉਹਨਾਂ ਦੀ ਜਿਹੜੀ ਇੱਕ ਭੈਣ ਸੀ ਜੋਹਰਾ, ਉਹਦੇ ਪਤੀ ਸੀਗੇ ਜਲਾਲੂਦੀਨ, ਉਹਨਾਂ ਨੇ ਨਾਲ ਰਲ ਕੇ ਉਹਨਾਂ ਦੇ ਅਬਦੁਲ ਕਲਾਮ ਦੇ, ਠੀਕ ਹੈ, ਉਹਨਾਂ ਦੀ ਪੜ੍ਹਾਈ ਦਾ ਬੀੜਾ ਉਠਾਇਆ ਵੀ ਅਸੀਂ ਤੈਨੂੰ ਅੱਗੇ ਪੜ੍ਹਾਵਾਂਗੇ, ਠੀਕ ਹੈ। ਕਲਾਮ ਮਕਰਾਸ ਇੰਸਟੀਚਿਊਟ ਆਫ ਟੈਕਨੋਲੋਜੀ ਵਿੱਚ ਐਰੋਨੋਟਿਕ ਇੰਜੀਨੀਅਰ ਦੀ ਪੜ੍ਹਾਈ ਕਰਨ ਲੱਗਾ। ਇੰਜੀਨੀਅਰਿੰਗ ਕਾਲਜ ਵਿੱਚ ਪ੍ਰੋਜੈਕਟ ਵਜੋਂ ਕਲਾਮ ਤੇ ਉਸਦੇ 4 ਜਮਾਤੀਆਂ ਨੂੰ ਨਵੀਂ ਉਡਾਣ ਵਾਲੇ ਲੜਾਕੂ ਜਹਾਜ਼ ਡਿਜ਼ਾਈਨ ਤਿਆਰ ਕਰਨ ਨੂੰ ਕਿਹਾ ਗਿਆ। ਉਹਨਾਂ ਨੇ BSC ਕੀਤੀ ਹੋਈ ਸੀ ਬੈਚੁਲਰ ਆਫ ਸਾਇੰਸ, ਠੀਕ ਹੈ। ਫਿਰ ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ? ਮਕਰਾਸ ਇੰਸਟੀਚਿਊਟ ਦੇ ਵਿੱਚ ਉਹਨਾਂ ਨੇ ਕੀ ਕੀਤਾ? ਐਰੋਨੋਟਿਕ ਇੰਜੀਨੀਅਰ ਦੀ ਉਹਨਾਂ ਨੇ ਪੜ੍ਹਾਈ ਸ਼ੁਰੂ ਕੀਤੀ, ਜਿਹੜਾ ਆਪਾਂ ਵਾਯੂ ਯਾਨ ਕਹਿੰਦੇ ਹਾਂ, ਠੀਕ ਹੈ, ਚਾਲਕ ਹੁੰਦੇ ਨੇ, ਉਹਨਾਂ ਦੀ ਪੜ੍ਹਾਈ ਕਰਨੀ ਉਹਨਾਂ ਨੇ ਸ਼ੁਰੂ ਕੀਤੀ। ਤੇ ਫਿਰ ਜਿਹੜੇ ਉਹਨਾਂ ਦੇ ਇੰਜੀਨੀਅਰਿੰਗ ਕਾਲਜ ਦਾ ਜਿਹੜਾ ਪ੍ਰੋਜੈਕਟ ਸੀ, ਜੋ ਕੰਮ ਕਾਰ ਸੀ, ਜਿਸ ਵਿਸ਼ੇ ਤੇ ਹੋ ਰਿਹਾ ਸੀਗਾ ਕੰਮ, ਠੀਕ ਹੈ, ਉਹ ਕੀ ਸੀ? ਲੜਾਕੂ ਜਹਾਜ਼ ਦਾ ਡਿਜ਼ਾਈਨ ਤਿਆਰ ਕਰਨਾ ਸੀ 4 ਵਿਦਿਆਰਥੀਆਂ ਨੇ, ਠੀਕ ਹੈ। ਪ੍ਰੋਜੈਕਟ ਦਾ ਡਿਜ਼ਾਈਨ ਲੈ ਕੇ ਉਹ ਡਾਇਰੈਕਟਰ ਦੇ ਕੋਲ ਗਏ ਤੇ ਉਸਨੇ ਡਿਜ਼ਾਈਨ ਰੱਦ ਕਰਕੇ 3 ਦਿਨਾਂ ਵਿੱਚ ਨਵਾਂ ਡਿਜ਼ਾਈਨ ਪੇਸ਼ ਕਰਨ ਨੂੰ ਕਿਹਾ। ਜਿਹੜਾ ਅਬਦੁਲ ਕਲਾਮ ਜੀ ਪ੍ਰੋਜੈਕਟ ਲੈ ਕੇ ਗਏ ਸੀਗੇ, ਠੀਕ ਹੈ, ਚਾਰ ਵਿਦਿਆਰਥੀਆਂ ਨੇ ਨਵਾਂ ਰਲ ਕੇ ਇੱਕ ਲੜਾਕੂ ਜਹਾਜ਼ ਡਿਜ਼ਾਈਨ ਕੀਤਾ, ਤਿਆਰ ਕੀਤਾ ਸੀ। ਫਿਰ ਅੱਗੇ ਉਹ ਡਾਇਰੈਕਟਰ ਕੋਲ ਲੈ ਕੇ ਗਏ, ਉਹ ਡਿਜ਼ਾਈਨ ਹੈ ਜਿਹੜਾ ਡਾਇਰੈਕਟਰ ਨੇ ਰੱਦ ਕਰ ਦਿੱਤਾ ਵੀ ਵਧੀਆ ਨਹੀਂ ਹੈਗਾ। ਉਹਨਾਂ ਨੂੰ ਮੌਕਾ ਦਿੱਤਾ ਕਿ ਸਿਰਫ 3 ਦਿਨਾਂ ਦਾ ਵੀ, 3 ਦਿਨਾਂ ਦੇ ਵਿੱਚ ਤੁਸੀਂ ਇੱਕ ਨਵਾਂ ਹੋਰ ਡਿਜ਼ਾਈਨ ਤਿਆਰ ਕਰਨਾ, ਠੀਕ ਹੈ। ਤਾਂ ਸਾਰੇ ਸਾਥੀ ਘਬਰਾ ਗਏ ਵੀ ਅਸੀਂ 3 ਦਿਨਾਂ 'ਤੇ ਜੀ ਨਵਾਂ ਕਿਵੇਂ ਡਿਜ਼ਾਈਨ ਤਿਆਰ ਕਰਾਂਗੇ। ਇੰਝ ਨਾ ਹੋਣ ਕਰਕੇ ਕਲਾਮ ਦਾ ਵਜ਼ੀਫਾ ਵੀ ਬੰਦ ਹੋ ਜਾਣਾ ਸੀ ਜੇ ਉਹ ਇਹ ਨਾ ਕਰਦੇ, ਕਿਉਂਕਿ ਉਹਨਾਂ ਨੂੰ ਪਹਿਲਾਂ ਸਕੋਲਰਸ਼ਿਪ ਮਿਲੀ ਹੋਈ ਸੀ, ਠੀਕ ਹੈ। ਤਾਂ ਜੇ ਇਹ 4 ਦਿਨਾਂ ਦੇ ਵਿੱਚ ਨਾ ਨਵਾਂ ਡਿਜ਼ਾਈਨ ਤਿਆਰ ਕਰਦੇ 3 ਦਿਨਾਂ ਦੇ ਵਿੱਚ, ਤਾਂ ਉਹਨਾਂ ਜਿਹੜਾ ਵਜ਼ੀਫਾ ਮਿਲਦਾ ਸੀ, ਜੋ ਉਹਨਾਂ ਨੂੰ ਪੈਸੇ ਮਿਲਦੇ ਸੀ, ਉਹ ਰੱਦ ਹੋ ਜਾਣੇ ਸੀਗੇ। ਕਲਾਮ ਫਿਰ ਵੀ ਨਾ ਘਬਰਾਏ, ਪਰ ਫਿਰ ਵੀ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਕੌਨਫੀਡੈਂਸ ਸੀ, ਬਿਲਕੁਲ ਵੀ ਘਬਰਾਏ ਨਹੀਂ ਹੈਗੇ। ਉਸਨੇ ਇਕੱਲੇ ਨੇ ਹੀ ਦਿਨ ਰਾਤ ਇੱਕ ਕਰਕੇ ਨਵਾਂ ਡਿਜ਼ਾਈਨ 3 ਦਿਨਾਂ ਵਿੱਚ ਪੂਰਾ ਕਰਕੇ ਡਾਇਰੈਕਟਰ ਸ਼੍ਰੀ ਨਿਵਾਸਨ ਅੱਗੇ ਰੱਖ ਦਿੱਤਾ, ਠੀਕ ਹੈ। ਕਲਾਮ ਜੀ ਨੇ 3 ਦਿਨਾਂ ਦੇ ਵਿੱਚ, 3 ਦਿਨਾਂ ਦਾ ਉਹਨੂੰ ਸਮਾਂ ਦਿੱਤਾ ਸੀ, 3 ਦਿਨਾਂ ਦੇ ਵਿੱਚ ਦਿਨ ਰਾਤ ਇੱਕ ਕਰਕੇ ਦਿਨ ਰਾਤ ਉਹ ਲੱਗੇ ਰਹੇ। ਫਿਰ ਉਸ ਤੋਂ ਬਾਅਦ ਉਹਨਾਂ ਨੇ ਇੱਕ ਨਵਾਂ ਡਿਜ਼ਾਈਨ ਪੂਰਾ ਕਰਤਾ ਤੇ ਜਿਹੜਾ ਕਿ ਡਾਇਰੈਕਟਰ ਸੀ ਜਿਨ੍ਹਾਂ ਨੇ ਰੱਦ ਕਰ ਦਿੱਤਾ ਸੀ ਪਹਿਲਾਂ ਦਾ ਮਾਡਲ, ਠੀਕ ਹੈ, ਪ੍ਰੋਜੈਕਟ ਦਾ ਡਿਜ਼ਾਈਨ ਸੀਗਾ, ਉਹ ਕਿ ਸ਼੍ਰੀ ਨਿਵਾਸਨ ਅੱਗੇ ਰੱਖ ਦਿੱਤਾ ਤੇ ਉਹਨਾਂ ਦਾ ਦਿਲ ਜਿੱਤ ਲਿਆ, ਠੀਕ ਹੈ ਬੇਟਾ। ਇੰਜੀਨੀਅਰਿੰਗ ਦਾ ਡਿਪਲੋਮਾ ਲੈ ਕੇ 1957 ਵਿੱਚ ਕਲਾਮ ਨੇ ਹਿੰਦੁਸਤਾਨ ਐਰੋਨੋਟਿਕਸ ਬੈਂਗਲੌਰ ਵਿੱਚ ਨੌਕਰੀ ਸ਼ੁਰੂ ਕਰ ਦਿੱਤੀ। ਫਿਰ ਉਹਨਾਂ ਨੇ ਇੰਜੀਨੀਅਰਿੰਗ ਦਾ ਡਿਪਲੋਮਾ ਮਿਲ ਗਿਆ ਉਹਨਾਂ ਨੂੰ, ਕਿਉਂਕਿ ਉਹਨਾਂ ਦਾ ਜਿਹੜਾ ਡਿਜ਼ਾਈਨ ਸੀਗਾ ਉਹ ਪਸੰਦ ਕਰ ਲਿਆ ਗਿਆ, ਉਹ ਵਧੀਆ
ਹੋਇਆ ਤੇ ਫਿਰ ਉਹਨਾਂ ਨੇ ਡਿਪਲੋਮਾ ਲਿਆ ਤੇ 1957 ਦੇ ਵਿੱਚ ਉਹਨਾਂ ਨੇ ਕਿਹਾ ਹਿੰਦੁਸਤਾਨ ਐਰੋਨੋਟਿਕਸ ਦੇ ਵਿੱਚ ਬੈਂਗਲੌਰ ਦੇ ਵਿੱਚ ਇਹ ਹਿੰਦੁਸਤਾਨ ਐਰੋਨੋਟਿਕਸ ਠੀਕ ਹੈ ਅਤੇ ਉਸ ਤੋਂ ਬਾਅਦ ਉੱਥੇ ਉਹਨਾਂ ਨੇ ਨੌਕਰੀ ਸ਼ੁਰੂ ਕਰ ਦਿੱਤੀ ਇੱਥੇ ਮਿਲੀਆਂ ਜ਼ਿੰਮੇਵਾਰੀਆਂ ਨੂੰ ਆਪ ਨੇ ਬੜੀ ਤਨਦੇਹੀ ਨਾਲ ਨਿਭਾਇਆ ਬੜੀ ਜੋ ਵੀ ਜ਼ਿੰਮੇਵਾਰੀਆਂ ਮਿਲੀਆਂ ਜੋ ਵੀ ਉਹਨਾਂ ਨੂੰ ਕੰਮ ਕਰ ਮਿਲਿਆ ਬੜੀ ਉਹਨਾਂ ਨੇ ਲਗਨ ਦੇ ਨਾਲ ਉਹ ਸਾਰਾ ਕੰਮ ਕਾਰ ਕੀਤਾ ਫਿਰ ਜਦੋਂ ਇੰਡੀਅਨ ਕਮੇਟੀ ਫਾਰ ਸਪੇਸ ਪੁਲਾੜ ਰਿਸਰਚ ਬਣੀ ਤਾਂ ਰੱਖਿਆ ਮੰਤਰੀ ਨੇ ਕਲਾਮ ਨੂੰ ਸਪੇਸ ਵਿਭਾਗ ਵਿੱਚ ਭੇਜ ਦਿੱਤਾ ਠੀਕ ਹੈ ਬੇਟਾ ਉੱਥੇ ਉਹਨਾਂ ਨੂੰ ਪ੍ਰਸਿੱਧ ਭਾਰਤੀ ਸਾਇੰਸਦਾਨ ਵਿਕਰਮ ਉੱਥੇ ਜਿਹੜੇ ਭਾਰਤੀ ਸਾਇੰਸਦਾਨ ਸੀਗੇ ਠੀਕ ਹੈ ਸਾਇੰਸਟਿਸਟ ਸੀਗੇ ਵਿਕਰਮ ਸਾਰਾਬਾਈ ਉਹਨਾਂ ਦੇ ਨਾਲ ਕੀ ਉਹਨਾਂ ਦੀ ਅਗਵਾਈ ਵਿੱਚ ਕੰਮ ਕਰਨ ਨਾਲ ਉਹਨੂੰ ਮੌਕਾ ਮਿਲਿਆ ਅਬਦੁਲ ਕਲਾਮ ਜੀ ਨੂੰ ਸਾਰਾ ਭਾਈ ਕਲਾਮ ਤੋਂ ਬੜਾ ਪ੍ਰਭਾਵਿਤ ਹੋਈ ਜਿਹੜੇ ਸਾਇੰਸਟਿਸਟ ਸੀਗੇ ਠੀਕ ਹੈ ਜਿਨ੍ਹਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਸੀ ਅਬਦੁਲ ਕਲਾਮ ਜੀ ਨੂੰ ਉਹ ਉਹਨਾਂ ਦੇ ਕੰਮਕਾਰ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ ਉਸਨੇ ਉਸਨੂੰ 6 ਮਹੀਨੇ ਦੀ ਸਿਖਲਾਈ ਲਈ 6 ਮਹੀਨੇ ਦੀ ਟ੍ਰੇਨਿੰਗ ਦੇ ਲਈ ਕੀ ਹੈ ਅਮਰੀਕਾ ਦੇ ਵਿੱਚ ਨਾਸਾ ਕੀ ਹੈ ਇਹਦੀ ਫੁੱਲ ਫਾਰਮ ਕਿ ਨੈਸ਼ਨਲ ਐਰੋਨੈਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ ਵਿੱਚ ਭੇਜ ਦਿੱਤਾ ਉਹਨਾਂ ਨੇ ਠੀਕ ਹੈ ਕਿਹਨਾਂ ਨੇ ਜਿਹੜੇ ਪ੍ਰਸਿੱਧ ਸਾਇੰਸਟਿਸਟ ਸਾਰਾ ਭਾਈ ਨੇ ਨਾਸਾ ਦੀ ਇੱਕ ਇਮਾਰਤ ਵਿੱਚ ਉਸਨੇ ਇੱਕ ਪੇਂਟਿੰਗ ਵੇਖੀ ਨਾਸਾ ਦੀ ਇੱਕ ਇਮਾਰਤ ਸੀ ਜਿੱਥੇ ਉਹਨਾਂ ਨੂੰ ਕੰਮ ਕਰਨ ਲਈ ਟ੍ਰੇਨਿੰਗ ਦੇ ਲਈ 6 ਮਹੀਨਿਆਂ ਦੇ ਲਈ ਭੇਜਿਆ ਸੀ ਉੱਥੇ ਉਹਨਾਂ ਨੇ ਕੀ ਇੱਕ ਪੇਂਟਿੰਗ ਦੇਖੀ ਜਿਸ ਵਿੱਚ ਟਿੱਪੂ ਸੁਲਤਾਨ ਰਾਕਟਾਂ ਨਾਲ ਅੰਗਰੇਜ਼ੀ ਫੌਜਾਂ ਉੱਤੇ ਹਮਲਾ ਕਰ ਰਿਹਾ ਸੀਗਾ ਠੀਕ ਹੈ ਫਿਰ ਉਸ ਤੋਂ ਬਾਅਦ ਕੀ ਹੈ ਜਦੋਂ ਉਹਨਾਂ ਨੇ ਨਾਸਾ ਦੇ ਵਿੱਚ ਉਹ ਇੱਕ ਇਮਾਰਤ ਸੀ ਜਿਹੜੀ ਉਹਦੀ ਕੰਧ 'ਤੇ ਇੱਕ ਪੇਂਟਿੰਗ ਲੱਗੀ ਦੇਖੀ ਵੀ ਜਿਹੜੇ ਟਿੱਪੂ ਸੁਲਤਾਨ ਸੀ ਉਹਨਾਂ ਦੇ ਰਾਕਟਾਂ ਦੇ ਨਾਲ ਕੀ ਅੰਗਰੇਜ਼ੀ ਫੌਜਾਂ 'ਤੇ ਹਮਲਾ ਕਰ ਰਹੇ ਸੀ ਇਸ ਪੇਂਟਿੰਗ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋਈ ਜਿਹੜੇ ਅਬਦੁਲ ਕਲਾਮ ਸੀਗੇ ਠੀਕ ਹੈ ਅਤੇ ਅਬਦੁਲ ਕਲਾਮ ਸੀ ਜਿਹੜੇ ਉਹਨਾਂ ਦੇ ਦਿਲ ਦਿਮਾਗ ਦੇ ਵਿੱਚ ਰਾਕਟ ਦਾ ਜਿਹੜਾ ਡਿਜ਼ਾਇਨ ਸੀਗਾ ਉਹਦੇ ਸੁਪਨੇ ਜਾਗੇ ਵੀ ਰਾਕਟ ਮੈਨੇ ਵੀ ਇਸ ਤਰ੍ਹਾਂ ਦੀ ਬਣਾਉਣਾ ਇਸ ਤਰ੍ਹਾਂ ਦੀ ਤਿਆਰ ਕਰਨਾ ਫਿਰ ਉਸ ਤੋਂ ਬਾਅਦ ਹਾਲਾਤ ਵੀ ਉਸ ਲਈ ਢੁਕਵੇਂ ਸਾਬਤ ਹੋਈ 1962 ਦੇ ਵਿੱਚ 1962 ਦੇ ਅੱਧ ਦੇ ਵਿੱਚ ਕੀ ਸੀਗਾ ਜਿਹੜਾ ਤੁੰਬਾ ਦਾ ਰਾਕਟ ਸੀਗਾ ਲਾਂਚਿੰਗ ਸਟੇਸ਼ਨ ਸਥਾਪਿਤ ਹੋ ਗਿਆ 1962 ਦੇ ਵਿੱਚ ਸਥਾਪਿਤ ਹੋ ਗਿਆ ਲਾਂਚਿੰਗ ਸਟੇਸ਼ਨ ਰਾਕਟ ਲਾਂਚਿੰਗ ਸਟੇਸ਼ਨ ਪਹਿਲਾਂ ਹੈ ਨਹੀਂ ਸੀ ਫਿਰ 1962 ਦੇ ਵਿੱਚ ਸਥਾਪਿਤ ਹੋ ਗਿਆ ਜਿੱਥੇ ਉਹਨਾਂ ਨੇ ਰਾਕਟ ਡਿਜ਼ਾਇਨ ਦੇ ਜੋ ਇਹਨਾਂ ਦੇ ਮਨ ਦੇ ਵਿੱਚ ਸੁਪਨੇ ਸੀਗੇ ਉਹ ਉਹਨਾਂ ਨੂੰ ਲੱਗ ਰਹੇ ਸੀ ਕਿ ਹਾਂ ਮੇਰੇ ਸੁਪਨੇ ਪੂਰੇ ਹੋ ਜਾਣਗੇ ਨਵੰਬਰ 1963 ਵਿੱਚ ਕਲਾਮ ਦੇਸ਼ ਪਰਤੇ 1963 ਦੇ ਵਿੱਚ ਫਿਰ ਉਹ ਆਪਣੇ ਦੇਸ਼ ਆ ਗਏ ਠੀਕ ਹੈ 6 ਮਹੀਨਿਆਂ ਦੀ ਟ੍ਰੇਨਿੰਗ ਕਰਨ ਤੋਂ ਬਾਅਦ ਅਮੈਰੀਕਾ ਦੇ ਵਿੱਚ 1969 ਵਿੱਚ ਇੰਡੀਅਨ ਕਮੇਟੀ ਫਾਰ ਸਪੇਸ ਰਿਸਰਚ ਦੀ ਥਾਂ ਬਣੀ ਇਸਰੋ ਨੇ ਲੈ ਲਈ ਠੀਕ ਹੈ ਇਸਰੋ ਕੀ ਹੈ ਫੁੱਲ ਫਾਰਮ ਕੀ ਹੈ ਇੰਡੀਅਨ ਸਪੇਸ ਰਿਸਰਚ ਆਰਗਨਾਈਜੇਸ਼ਨ ਨੇ ਲੈ ਲਈ ਠੀਕ ਹੈ ਕਲਾਮ ਨੂੰ ਇਸ ਸੰਸਥਾ ਵਿੱਚ ਨਵੇਂ ਪ੍ਰੋਜੈਕਟਾਂ ਦਾ ਡਾਇਰੈਕਟਰ ਬਣਾ ਦਿੱਤਾ ਫਿਰ ਜਿਹੜੇ ਨਵੇਂ ਪ੍ਰੋਜੈਕਟ ਜਿੰਨੇ ਵੀ ਉਹਨਾਂ ਨੇ ਬਣਾਉਣੇ ਸੀਗੇ ਉਹਨਾਂ ਦਾ ਡਾਇਰੈਕਟਰ ਬਣਾ ਦਿੱਤਾ ਅਬਦੁਲ ਕਲਾਮ ਜੀ ਨੂੰ ਉਹ ਉੱਥੇ 1982 ਤੱਕ ਰਹੇ ਠੀਕ ਹੈ 1969 ਦੇ ਵਿੱਚ ਉਹਨਾਂ ਨੇ ਕੀ ਹੈ ਇਹ ਜਿਹੜੀ ਸੰਸਥਾ ਬਣ ਗਈ ਸੀ ਸੰਸਥਾ ਦੇ ਵਿੱਚ ਉਹਨਾਂ ਨੇ ਆਪਣੀ ਥਾਂ ਲੈ ਲਈ 1982 ਦੇ ਵਿੱਚ ਉਹ ਕੀ ਹੈ ਉੱਥੇ ਰਹਿ ਕੇ ਉੱਥੇ ਭਾਂਤ ਭਾਂਤ ਦੇ ਅਲੱਗ ਅਲੱਗ ਤਰ੍ਹਾਂ ਦੀ ਉਹਨਾਂ ਨੇ ਜ਼ਿੰਮੇਵਾਰੀਆਂ ਨਿਭਾਉਂਦੇ ਰਹੇ ਇਹਨਾਂ ਵਿੱਚੋਂ ਸਭ ਤੋਂ ਵੱਡੀ ਸੀਗੀ ਸੈਟੇਲਾਈਟ ਲਾਓ ਵਹੀਕਲ ਇਹਦੀ ਸ਼ਾਰਟ ਫਾਰਮ ਕੀ ਹੈ SLO ਠੀਕ ਹੈ ਉਹਦਾ ਡਿਜ਼ਾਇਨ ਤਿਆਰ ਕੀਤਾ ਸੈਟੇਲਾਈਟ ਲਾਓ ਵਹੀਕਲ ਆ ਜਿਹੜਾ ਕੀ ਹੈ ਉਹਨਾਂ ਨੇ ਡਿਜ਼ਾਇਨ ਤਿਆਰ ਕੀਤਾ ਫਿਰ 10 ਲੱਖ ਪੁਰਜਿਆਂ ਵਾਲੇ ਇਸ ਰਾਕਟ ਲਾਂਚਰ ਸੀ ਜਿਹੜੇ 10 ਲੱਖ ਪੁਰਜੇ ਸੀਗੇ ਜਿਹੜੇ ਰਾਕਟ ਦੇ ਵਿੱਚ ਸੀਗੇ ਠੀਕ ਹੈ ਲਾਂਚਰ ਦੇ ਪੁਰਜੇ ਡਿਜ਼ਾਇਨ ਕਰਨੇ ਬਣਾਉਣੇ ਅਤੇ ਇਕੱਠੇ ਕਰਨੇ ਸਨ ਠੀਕ ਹੈ ਕਿੰਨੇ ਲੱਖ 10 ਲੱਖ ਪੁਰਜਿਆਂ ਵਾਲਾ ਜਿਹੜਾ ਰਾਕਟ ਸੀਗਾ ਉਹ ਕੀ ਲਾਂਚ ਕਰਨਾ ਸੀਗਾ ਉਹ ਸਾਰੇ ਬਣਾਉਣੇ ਇਕੱਠੇ ਕਰਨੇ ਸਾਰੀ ਜ਼ਿੰਮੇਵਾਰੀ ਸੀਗੀ ਜਿਹੜੀ ਅਬਦੁਲ ਕਲਾਮ ਜੀ ਦੇ ਉੱਪਰ ਸੀਗੀ ਇਸ ਦੀ ਪਰਖ ਸਫਲ ਪਰਖ ਸੀ ਜਿਹੜੀ ਕਿੱਥੇ ਕੀਤੀ ਗਈ ਬਰੇਲੀ ਦੇ ਵਿੱਚ ਬਰੇਲੀ ਦੇ ਏਅਰਫੋਰਸ ਸਟੇਸ਼ਨ 'ਤੇ ਸੁਖਈ 16 ਜੈੱਟ ਜਹਾਜ਼ ਨਾਲ ਕੀਤੀ ਗਈ ਸੀਗੀ ਠੀਕ ਹੈ ਉਹਦਾ ਸਫਲ ਪ੍ਰੀਖਣ ਕੀਤਾ ਗਿਆ ਸੀਗਾ ਬਰੇਲੀ ਦੇ ਵਿੱਚ 1974 ਵਿੱਚ ਸੈਂਟੋਰ ਰਾਕਟ ਦੀ ਪਰਖ ਹੋਈ 1974 ਦੇ ਵਿੱਚ SLO ਵੀ ਠੀਕ ਹੈ SLO ਦੀ ਫੁੱਲ ਫਾਰਮ ਕੀ ਹੈ ਸੈਟੇਲਾਈਟ ਲਾਓ ਵਹੀਕਲ ਦੀ ਪਹਿਲੀ ਟੈਸਟ ਉਡਾਰੀ ਸੀ ਜਿਹੜੀ 10 ਅਗਸਤ 1979 ਨੂੰ ਕੀਤੀ ਗਈ 10 ਅਗਸਤ 1979 ਨੂੰ ਕੀਤੀ ਗਈ ਜੋ ਕਿ ਅਸਫਲ ਰਹੀ ਪਰ ਜਿਹੜੇ ਅਬਦੁਲ ਕਲਾਮ ਸੀਗੇ ਉਹ ਉਦਾਸ ਤਾਂ ਹੋਏ ਪਰ ਨਿਰਾਸ਼ ਨਹੀਂ ਹੋਏ ਹੈਗੇ ਅੰਤ 18 ਜੁਲਾਈ 1980 ਨੂੰ ਉਹ SLO ਦੀ ਰੂਹਣੀ ਉਪਗ੍ਰਹਿ ਲਾਂਚ ਕਰਨ ਵਿੱਚ ਸਫਲ ਹੋ ਗਏ ਠੀਕ ਹੈ ਫਿਰ ਰੂਹਣੀ ਦੇ ਵਿੱਚ ਉਪਗ੍ਰਹਿ ਜਿਹੜਾ ਲਾਂਚ ਕਰਨ ਦੇ ਵਿੱਚ ਉਹ ਸਫਲ ਹੋ ਗਏ ਉਸ ਤੋਂ ਬਾਅਦ ਪਹਿਲਾਂ ਸਫਲ ਹੋਏ ਫਿਰ ਉਸ ਤੋਂ ਬਾਅਦ ਕੀ ਹੈ ਜਿਹੜਾ ਰੋਹਣੀ ਦੇ ਵਿੱਚ SLO ਦੀ ਅਗਲੀ ਸਫਲ ਉਡਾਣ ਹੈ ਜਿਹੜੀ ਕੀ ਹੈ ਫਿਰ ਉਹਨਾਂ ਨੇ 31 ਮਈ 1981 ਨੂੰ ਹੋਈ ਫਿਰ ਇਸ ਵਾਹਨ ਦੇ ਸੋਧੇ ਹੋਏ ਵਿਕਸਿਤ ਰੂਪ ਜਿਹੜੇ ਵਾਹਨ ਦੇ ਵਿੱਚ ਜੋ ਵੀ ਨਵੇਂ ਸੋਧ ਕੀਤੀ ਸੀਗੀ ਠੀਕ ਹੈ ਸਹੀ ਕੀਤਾ ਸੀ ਸਾਰਾ ਕੁਛ ਉਹਦੇ ਵਿਕਸਿਤ ਰੂਪ ਉੱਤੇ ਕੰਮ ਸ਼ੁਰੂ ਕਰ ਦਿੱਤਾ ਜਿਸ ਦੇ ਸਿੱਟੇ ਵਜੋਂ ਬਾਅਦ ਵਿੱਚ ASLO ਅਤੇ GLO ਦਾ ਵਿਕਾਸ ਹੋਇਆ ਠੀਕ ਹੈ ਇਸ ਉਪਰੰਤ ਆਪ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗਨਾਈਜੇਸ਼ਨ ਵਿੱਚ ਆ ਗਏ ਫਿਰ ਉਸ ਤੋਂ ਬਾਅਦ ਕਿੱਥੇ ਆ ਗਏ ਉਹ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗਨਾਈਜੇਸ਼ਨ ਦੇ ਵਿੱਚ ਆ ਗਏ ਅਤੇ ਫਿਰ ਅਪ੍ਰੈਲ 1982 ਵਿੱਚ ਕਲਾਮ ਨੂੰ DRD ਲੈਬ ਹੈਦਰਾਬਾਦ ਦਾ ਡਾਇਰੈਕਟਰ ਬਣਾ ਦਿੱਤਾ
ਇੱਥੇ ਉਸ ਨੇ ਗਾਈਡਡ ਮਿਜ਼ਾਈਲ ਡਿਵੈਲਪਮੈਂਟ ਪ੍ਰੋਗਰਾਮ ਨੂੰ ਲਿਖਿਆ। ਧਰਤੀ ਤੋਂ ਆਕਾਸ਼ ਛੋਟੀ ਰੇਂਜ, ਮੀਡੀਅਮ ਰੇਂਜ ਅਤੇ ਵੱਡੀ ਰੇਂਜ, ਸਧਾਰਨ ਦੇ ਹਲਕੇ ਯੁੱਧ ਅਸਤਰ, ਭਾਰੀ ਅਤੇ ਐਟਮੀ ਅਸਤਰ ਲਿਜਾਣ ਵਾਲੀਆਂ ਭਾਂਤ ਭਾਂਤ ਦੀਆਂ ਮਿਜ਼ਾਈਲਾਂ ਦੇ ਡਿਜ਼ਾਇਨਾਂ ਦਾ ਨਿਰਮਾਣ ਦਾ ਕੰਮ ਹੈ ਜਿਹੜਾ ਤੇਜ਼ੀ ਨਾਲ ਕਰਨਾ ਸ਼ੁਰੂ ਕਰ ਦਿੱਤਾ। ਠੀਕ ਹੈ, ਜਦੋਂ ਕਿੱਥੇ ਸੀਗੇ, ਹੈਦਰਾਬਾਦ ਆ ਕੇ ਉਹਨਾਂ ਨੂੰ ਡਾਇਰੈਕਟਰ ਬਣਾ ਦਿੱਤਾ ਡਾਕਟਰ APJ ਅਬਦੁਲ ਕਲਾਮ ਨੂੰ। ਉੱਥੇ ਉਹਨਾਂ ਨੇ ਅਲੱਗ ਅਲੱਗ ਤਰ੍ਹਾਂ ਦੇ, ਮਤਲਬ ਹਲਕਾ ਯੁੱਧ ਹੈ, ਮਤਲਬ ਘੱਟ ਯੁੱਧ ਦੇ ਵਿੱਚ ਭਾਰੀ ਐਟਮੀ ਬੰਬ, ਜੋ ਵੀ ਜਿੰਨਾ ਵੀ ਮਿਜ਼ਾਈਲਾਂ ਸੀਗੀਆਂ, ਸਾਰਿਆਂ ਦਾ ਕੰਮ ਹੈ ਜਿਹੜਾ ਉਹਨਾਂ ਨੇ ਤੇਜ਼ੀ ਨਾਲ ਕਰਨਾ ਸ਼ੁਰੂ ਕਰ ਦਿੱਤਾ APJ ਅਬਦੁਲ ਕਲਾਮ ਜੀ ਨੇ। ਟੈਕਨੀਕਲ ਕੋਰ ਵਹੀਕਲ ਨੂੰ ਤਰਸ਼ੂਲ ਦਾ ਨਾਂ ਦਿੱਤਾ ਗਿਆ। ਟੈਕਨੀਕਲ ਕੋਰ ਵਹੀਕਲ ਸੀ ਉਹਨੂੰ ਕੀ ਹੈ, ਤਰਸ਼ੂਲ ਦਾ ਨਾਮ ਦਿੱਤਾ ਗਿਆ ਰਾਕਟ ਨੂੰ। ਟੈਂਕ ਤੋੜਨ ਵਾਲੀ ਮਿਜ਼ਾਈਲ ਨੂੰ ਨਾਂਗ ਦਾ ਨਾਮ ਦਿੱਤਾ ਗਿਆ। ਟੈਂਕ ਤੋੜਨ ਵਾਲੀ ਮਿਜ਼ਾਈਲ ਨੂੰ ਕਿਹਦਾ ਨਾਮ ਦਿੱਤਾ ਗਿਆ, ਨਾਂਗ ਦਾ। ਧਰਤੀ ਤੋਂ ਧਰਤੀ ਤੱਕ ਮਾਰ ਕਰਨ ਵਾਲੀ ਮਿਜ਼ਾਈਲ ਸੀ ਉਹਨੂੰ ਕੀ ਹੈ, ਪ੍ਰਿਥਵੀ, ਅਤੇ ਧਰਤੀ ਤੋਂ ਆਕਾਸ਼ ਤੱਕ ਮਾਰ ਕਰਨ ਵਾਲੀ ਦਾ ਆਕਾਸ਼। ਠੀਕ ਹੈ, ਬਸ ਦਿਮਾਗ 'ਚ ਰੱਖਿਓ ਤੁਸੀਂ, ਧਰਤੀ ਤੋਂ ਧਰਤੀ ਤੱਕ ਮਾਰ ਕਰਨ ਵਾਲੀ ਮਿਜ਼ਾਈਲ ਨੂੰ ਪ੍ਰਿਥਵੀ, ਪ੍ਰਿਥਵੀ ਹੁੰਦਾ ਧਰਤੀ, ਧਰਤੀ ਤੋਂ ਆਕਾਸ਼ ਵਿੱਚ ਮਾਰ ਕਰਨ ਵਾਲੀ ਨੂੰ ਮਿਜ਼ਾਈਲ, ਮਿਜ਼ਾਈਲ ਨੂੰ ਕੀ ਦਿੱਤਾ, ਆਕਾਸ਼ ਦਾ ਨਾਮ ਦੇ ਦਿੱਤਾ ਗਿਆ। ਇਸੇ ਤਰ੍ਹਾਂ ਇਹਨਾਂ ਦੀ ਮਾਡਲ ਬਣਾਈ ਗਈ। ਅਗਨੀ ਮਿਜ਼ਾਈਲ ਵਿਸ਼ੇਸ਼ ਉਦੇਸ਼ਾਂ ਲਈ ਬਣਾਈ ਗਈ। ਅਗਨੀ ਮਿਜ਼ਾਈਲ ਸੀਗੀ ਜਿਹੜੀ, ਹਰ ਮਾਡਲ ਅਤੇ ਕਿਸਮ ਲਈ ਵੱਖਰੇ ਵੱਖਰੇ ਇੰਚਾਰਜ ਥਾਪ ਕੇ ਸਮੁੱਚੇ ਤਾਲਮੇਲ, ਡਿਜ਼ਾਇਨ ਅਤੇ ਪ੍ਰਬੰਧ ਦੀ ਜ਼ਿੰਮੇਵਾਰੀ ਕਲਾਮ ਨੇ ਆਪਣੇ ਕੋਲ ਰੱਖੀ। ਹਰੇਕ ਮਾਡਲ ਦੇ ਲਈ ਉਹਨਾਂ ਨੇ ਅਲੱਗ ਅਲੱਗ ਇੰਚਾਰਜ ਥਾਪਤੇ। ਉਸ ਤੋਂ ਬਾਅਦ ਜਿਹੜੀ ਜ਼ਿੰਮੇਵਾਰੀ ਸੀ ਡਿਜ਼ਾਇਨ ਦੀ, ਸਾਰਾ ਕੁਛ ਕਰਨਾ, ਉਹ ਸਾਰਾ ਕੀ ਸੀਗਾ, ਅਬਦੁਲ ਕਲਾਮ ਜੀ ਦੇ ਕੋਲ ਹੀ ਰੱਖੀ ਉਹਨਾਂ ਨੇ ਆਪਣੇ ਕੋਲ। ਮਿਜ਼ਾਈਲ ਦੇ ਲੰਮੇ ਪ੍ਰੋਗਰਾਮ ਦੀ ਪਹਿਲੀ ਪ੍ਰਯੋਗਿਕ ਪਰਖ ਸੀ ਜਿਹੜੀ ਡੈਵਿਲ ਮਿਜ਼ਾਈਲ ਨਾਲ 1984 ਵਿੱਚ ਕੀਤੀ ਗਈ। ਕਿਹੜੀ ਸਰ, ਡੈਵਿਲ ਮਿਜ਼ਾਈਲ ਦੇ ਨਾਲ 1984 ਦੇ ਵਿੱਚ ਕੀਤੀ ਗਈ। ਸਤੰਬਰ 1985 ਵਿੱਚ ਤਰਸ਼ੂਲ ਦੀ ਸਫਲ ਪਰਖ ਹੋਈ। ਫਿਰ ਸਤੰਬਰ 1985 ਦੇ ਵਿੱਚ ਤਰਸ਼ੂਲ ਸੀ ਜਿਹੜੀ, ਉਹ ਤਰਸ਼ੂਲ ਸੀਗਾ ਜਿਹੜਾ ਰਾਕਟ, ਉਹਦੀ ਕੀ ਹੈ, ਸਫਲ ਪਰਖ ਹੋਈ। 1988 ਈਸਵੀ ਦੇ ਵਿੱਚ ਉਹਨਾਂ ਨੇ ਪ੍ਰਿਥਵੀ ਮਾਡਲ ਦੀ ਸਫਲ ਪਰਖ ਪਹਿਲੀ ਵਾਰ ਕੀਤੀ। ਪ੍ਰਿਥਵੀ ਮਾਡਲ ਜਿਹੜੀ ਸਫਲ ਪਰਖ ਸੀ ਉਹ ਪਹਿਲੀ ਵਾਰ ਕੀਤੀ ਸੀ 1988 ਦੇ ਵਿੱਚ। ਇਸਦੀ ਰੇਂਜ 1000 ਕਿਲੋਮੀਟਰ ਸੀ, ਜਿਹੜੀ ਉਹਦੀ ਗਤੀ ਸੀ 1000 ਕਿਲੋਮੀਟਰ ਸੀਗੀ। 1999 ਈਸਵੀ ਦੇ ਵਿੱਚ ਅਗਨੀ ਨਾਂ ਦੀ ਰਿਐਟਰੀ ਮਿਜ਼ਾਈਲ ਦਾਗ ਕੇ ਪਰਖੀ। 1999 ਦੇ ਵਿੱਚ ਅਗਨੀ ਨਾਂ ਦੀ ਜਿਹੜੀ ਰਿਐਟਰੀ ਮਿਜ਼ਾਈਲ ਸੀਗੀ ਉਹ ਪਰਖੀ ਉਹਨਾਂ ਨੇ, ਉਹਦੇ ਵਿੱਚ ਸਫਲ ਹੋ ਗਏ। ਇਸ ਪ੍ਰਕਾਰ ਮਿਜ਼ਾਈਲ ਮੈਨ ਵਜੋਂ ਪ੍ਰਸਿੱਧ ਹੋਏ। ਇੰਨੀਆਂ ਮਿਜ਼ਾਈਲਾਂ ਇਹਨਾਂ ਨੇ ਉਹ ਜਿਹੜੇ ਇਹਨਾਂ ਦੇ ਕੀ ਸੀਗੇ, ਡਿਜ਼ਾਇਨ ਤਿਆਰ ਕੀਤੇ। ਠੀਕ ਹੈ, ਅਲੱਗ ਅਲੱਗ ਪੁਰਜ਼ਿਆਂ ਵਾਲੀਆਂ ਬਹੁਤ ਹੀ ਵਧੀਆ, ਆਕਾਸ਼, ਨਾਂਗ, ਠੀਕ ਹੈ, ਤਰਸ਼ੂਲ, ਇਹ ਸਾਰੀਆਂ ਜਿਹੜੀਆਂ ਕੀ ਨੇ, ਉਹਨਾਂ ਨੇ ਜਿਹੜੀਆਂ ਮਿਜ਼ਾਈਲਾਂ ਤਿਆਰ ਕੀਤੀਆਂ। ਉਸ ਤੋਂ ਬਾਅਦ ਜਿਹੜੇ ਅਬਦੁਲ ਕਲਾਮ ਜੀ ਸੀਗੇ ਉਹਨਾਂ ਨੂੰ ਮਿਜ਼ਾਈਲ ਮੈਨ ਦਾ ਨਾਮ ਦਿੱਤਾ ਗਿਆ। ਠੀਕ ਹੈ, ਅਤੇ 1990 ਈਸਵੀ ਵਿੱਚ ਪਦਮ ਵਿਭੂਸ਼ਣ ਦਾ ਸਨਮਾਨ ਦਿੱਤਾ ਗਿਆ। 1990 ਦੇ ਵਿੱਚ ਡਾਕਟਰ APJ ਅਬਦੁਲ ਕਲਾਮ ਜੀ ਨੂੰ ਪਦਮ ਵਿਭੂਸ਼ਣ ਦਾ ਸਨਮਾਨ ਦਿੱਤਾ ਗਿਆ। ਜਾਦਵਪੁਰ ਯੂਨੀਵਰਸਿਟੀ ਅਤੇ IIT ਮੁੰਬਈ ਦੇ ਵਿੱਚ ਕਲਾਮ ਨੇ ਆਨਰੇਰੀ DSC, ਠੀਕ ਹੈ, ਡਾਕਟਰ ਆਫ ਸਾਇੰਸ ਦੀ ਡਿਗਰੀ ਵੀ ਦਿੱਤੀ ਗਈ ਉਹਨਾਂ ਨੂੰ। ਇਸ ਪ੍ਰੋਗਰਾਮ ਦੀ ਸਫਲਤਾ ਉਪਰੰਤ ਕਲਾਮ ਨੂੰ ਦੇਸ਼ ਦੇ ਐਟਮੀ ਪ੍ਰਯੋਗਾਂ ਨਾਲ ਜੋੜ ਦਿੱਤਾ ਗਿਆ, ਅਤੇ ਇਸ ਪ੍ਰੋਗਰਾਮ ਨੂੰ ਅੱਗੇ ਤੋਰਦਿਆਂ ਹੋਇਆਂ ਉਹਨਾਂ ਨੇ 1998 ਦੇ ਵਿੱਚ ਪੋਖਰਾਨ ਧਮਾਕਿਆਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਦੌਰਾਨ 1997 ਵਿੱਚ ਉਹਨਾਂ ਨੂੰ ਪਹਿਲਾਂ ਪਦਮ ਵਿਭੂਸ਼ਣ ਦਿੱਤਾ ਗਿਆ ਸੀਗਾ 1990 ਦੇ ਵਿੱਚ, ਫਿਰ 1997 ਦੇ ਵਿੱਚ ਭਾਰਤ ਰਤਨ ਦੇ ਨਾਂ ਨਾਲ ਸਰਵਉੱਚ ਸਨਮਾਨ, ਫਿਰ 1997 ਦੇ ਵਿੱਚ ਉਹਨਾਂ ਨੂੰ ਕਿਹਾ ਭਾਰਤ ਰਤਨ ਦੇ ਨਾਂ ਨਾਲ ਸਰਵਉੱਚ ਸਨਮਾਨ ਦਿੱਤਾ ਗਿਆ। ਇਸੇ ਦੌਰਾਨ ਹੀ 1997 ਵਿੱਚ ਉਹਨਾਂ ਨੂੰ ਭਾਰਤ ਰਤਨ ਦਾ, ਅਤੇ ਇਸ ਦੀਆਂ ਸਾਰੀਆਂ ਪ੍ਰਾਪਤੀਆਂ ਦੇ ਬਾਵਜੂਦ 2002 ਦੇ ਵਿੱਚ ਕਲਾਮ ਨੇ ਉਦੋਂ ਕੀਤੀ ਜਦੋਂ ਉਹਨਾਂ ਨੇ ਦੇਸ਼ ਦਾ 11ਵਾਂ ਰਾਸ਼ਟਰਪਤੀ ਚੁਣਿਆ ਗਿਆ। ਦੇਸ਼ ਦਾ 11ਵਾਂ ਰਾਸ਼ਟਰਪਤੀ 2002 ਦੇ ਵਿੱਚ ਅਬਦੁਲ ਕਲਾਮ ਜੀ ਨੂੰ ਚੁਣਿਆ ਗਿਆ ਸੀਗਾ। ਪੂਰੇ 5 ਸਾਲ ਉਹਨਾਂ ਨੇ ਮਿਹਨਤ, ਸੁਹਿਰਦਤਾ ਅਤੇ ਸਾਦਗੀ ਦੇ ਨਾਲ ਦੇਸ਼ ਦੀ ਅਗਵਾਈ ਕੀਤੀ। 2007 ਵਿੱਚ ਰਾਸ਼ਟਰਪਤੀ ਦਾ ਅਹੁਦਾ ਛੱਡ ਕੇ ਉਹ ਵਿਗਿਆਨੀ, ਚਿੰਤਕ ਅਤੇ ਪ੍ਰੇਰਣਾਜਨਕ ਸ਼ਖਸੀਅਤ ਵਜੋਂ ਬੱਚਿਆਂ ਅਤੇ ਨੌਜਵਾਨਾਂ, ਸਿਆਸਤਦਾਨਾਂ ਸਭ ਦਾ ਮਾਰਗਦਰਸ਼ਨ ਕਰਨ ਲਈ ਉਹ ਸਰਗਰਮ ਹੋ ਗਏ। ਫਿਰ ਉਸ ਤੋਂ 27 ਜੁਲਾਈ 2015 ਨੂੰ ਉਹ ਦਿੱਲੀ ਤੋਂ ਗੁਹਾਟੀ ਅਤੇ ਗੁਹਾਟੀ ਤੋਂ ਸ਼ਿਲਾਂਗ ਪਹੁੰਚੇ। 27 ਜੁਲਾਈ 2015 ਨੂੰ ਦਿੱਲੀ ਤੋਂ ਗੁਹਾਟੀ, ਗੁਹਾਟੀ ਤੋਂ ਸ਼ਿਲਾਂਗ ਪਹੁੰਚੇ। ਉੱਥੇ ਉਹਨਾਂ ਨੇ ਇੱਕ ਸਿੱਖਿਆ ਸੰਸਥਾ ਦੇ ਵਿਦਿਆਰਥੀਆਂ ਨੂੰ ਭਾਸ਼ਣ ਦੇਣਾ ਸੀਗਾ ਗੁਹਾਟੀ ਦੇ ਵਿੱਚ ਜਾ ਕੇ, ਗੁਹਾਟੀ ਤੋਂ ਸ਼ਿਲਾਂਗ ਦੇ ਵਿੱਚ ਜਾ ਕੇ। ਸ਼ਿਲਾਂਗ ਦੇ ਵਿੱਚ ਕੀ ਸੀਗੇ, ਜਿਹੜੇ ਸਿੱਖਿਆ ਸੰਸਥਾ ਦੇ ਵਿਦਿਆਰਥੀ ਸੀਗੇ ਉਹਨਾਂ ਨੂੰ ਭਾਸ਼ਣ ਦੇਣਾ ਸੀ। ਭਾਸ਼ਣ ਸ਼ੁਰੂ ਕਰਦਿਆਂ ਹੀ ਅਚਾਨਕ ਉਹਨਾਂ ਦੀ ਤਬੀਅਤ ਜਿਹੜੀ ਖਰਾਬ ਹੋ ਗਈ। ਪ੍ਰਬੰਧਕਾਂ ਨੇ ਫਸਟ ਏਡ ਅਤੇ ਡਾਕਟਰੀ ਸਹਾਇਤਾ ਲਈ ਯਤਨ ਕੀਤੇ, ਪਰ ਕਲਾਮ ਸਾਨੂੰ ਸਾਰਿਆਂ ਨੂੰ ਆਖਰੀ ਸਲਾਮ ਬੁਲਾਉਣ ਦੇ ਵਿੱਚ ਦਾ ਫੈਸਲਾ ਲੈ ਚੁੱਕੇ ਸਨ। ਅਣਹੋਣੀ ਹੋ ਚੁੱਕੀ ਸੀ। ਇੱਕ ਸਧਾਰਨ ਪਰਿਵਾਰ ਵਿੱਚੋਂ ਉੱਠ ਕੇ ਆਕਾਸ਼ ਦੀਆਂ ਬੁਲੰਦੀਆਂ ਨੂੰ ਛੂਹਣ ਵਾਲੇ ਇਸ ਮਹਾਨ ਭਾਰਤੀ ਅਤੇ ਮਹਾਨ ਵਿਗਿਆਨੀ
ਨੂੰ ਭਾਰਤ ਦੇ ਲੋਕ ਸਦੀਆਂ ਤੱਕ ਯਾਦ ਰੱਖਣਗੇ ਅਤੇ ਅਸੀਂ ਇਸ ਸਧਾਰਨ ਤੋਂ ਅਸਧਾਰਨ ਬਣੇ ਇਨਸਾਨ ਨੂੰ ਪ੍ਰਣਾਮ ਕਰਦੇ ਹਾਂ। ਇਹਨਾਂ ਦੇ ਰਾਈਟਰ ਕੌਣ ਨੇ ਬੇਟਾ? ਡਾਕਟਰ APJ ਅਬਦੁਲ ਕਲਾਮ ਜੀ ਬਾਰੇ ਜਿਨ੍ਹਾਂ ਨੇ ਲਿਖਿਆ, ਡਾਕਟਰ ਕੁਲਦੀਪ ਸਿੰਘ ਧੀਰ। ਹੁਣ ਦੇਖੋ ਬੇਟਾ, ਜਿਹੜੇ ਡਾਕਟਰ APJ ਅਬਦੁਲ ਕਲਾਮ ਸੀਗੇ, ਠੀਕ ਹੈ, ਉਹ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਵੀ ਕੋਈ ਪੜ੍ਹਿਆ ਲਿਖਿਆ ਨਹੀਂ ਸੀਗਾ, ਠੀਕ ਹੈ। ਉਹਨਾਂ ਦੇ ਜਿਹੜੇ ਪਰਿਵਾਰ ਸੀ, ਪਿਤਾ ਜੀ ਸੀਗੇ, ਬਹੁਤ ਗਰੀਬ ਸੀਗੇ, ਠੀਕ ਹੈ, ਮੱਛੀਆਂ ਪਕੜਨ ਦਾ ਕੰਮ ਕਰਦੇ ਸੀਗੇ। ਤਾਂ ਉਹ ਕੀ ਸੀਗਾ, ਫਿਰ ਉਹਨਾਂ ਨੇ, ਪਰ ਉਹਨਾਂ ਨੇ ਆਪਣੀ ਮਿਹਨਤ ਲਗਨ ਦੇ ਸਦਕਾ ਉਹਨਾਂ ਨੇ ਆਪਣਾ ਕੰਮ ਕਰ ਨਹੀਂ ਛੱਡਿਆ। ਫਿਰ ਉਹ ਅਖਬਾਰਾਂ ਬਣਦੇ ਰਹੇ, ਵੇਚਦੇ ਰਹੇ। ਉਸ ਤੋਂ ਬਾਅਦ ਹੌਲੀ ਹੌਲੀ ਪੜ੍ਹਾਈ ਦੇ ਵਿੱਚ ਕੀ ਆ, ਬਹੁਤ ਜ਼ਿਆਦਾ ਇੰਟੈਲੀਜੈਂਟ ਸੀ। ਫਿਰ ਉਹ ਦੇਖੋ ਕਿੱਥੋਂ, ਕਿਹੜੇ ਪਰਿਵਾਰ ਦੇ, ਕਿਸ ਸਧਾਰਨ ਪਰਿਵਾਰ ਦੇ ਵਿੱਚੋਂ ਉੱਠ ਕੇ ਦੇਖੋ, ਫਿਰ ਮਿਜ਼ਾਈਲ ਮੈਨ ਦਾ ਨਾਮ ਦਿੱਤਾ ਗਿਆ, ਪਦਮ ਵਿਭੂਸ਼ਣ। ਫਿਰ ਉਸ ਤੋਂ ਬਾਅਦ ਉਹਨਾਂ ਨੂੰ ਕੀ ਆ, ਭਾਰਤ ਰਤਨ ਦਾ ਐਵਾਰਡ, ਸਰਵਉੱਚ ਸਨਮਾਨ ਜਿਹੜਾ ਪ੍ਰਾਪਤ ਕੀਤਾ ਗਿਆ। ਫਿਰ ਉਹ 11ਵੇਂ ਰਾਸ਼ਟਰਪਤੀ ਵੀ ਬਣੇ 2002 ਦੇ ਵਿੱਚ। ਇੰਨਾ ਕੁਝ ਉਹਨਾਂ ਨੇ ਕੀ ਹੈ, ਆਪਣੀ ਮਿਹਨਤ ਦੇ ਸਦਕਾ ਸਾਰਾ ਕੁਛ ਕੀ ਹੈ, ਉਹ ਉਹਨਾਂ ਨੇ ਹਾਸਲ ਕੀਤਾ। ਹੁਣ ਅੱਗੇ ਆਪਾਂ ਔਖੇ ਸ਼ਬਦਾਂ ਦੇ ਅਰਥ ਪੜਾਂਗੇ। ਰਾਸ਼ਟਰਪਤੀ, ਦੇਸ਼ ਦਾ ਪਹਿਲਾ ਨਾਗਰਿਕ। ਬੇੜੀ, ਕਿਸ਼ਤੀ। ਮਲਾਹ, ਕਿਸ਼ਤੀ ਚਲਾਉਣ ਵਾਲਾ। ਇਸਰੋ, ਭਾਰਤੀ ਪੁਲਾੜ ਖੋਜ ਸੰਸਥਾ। ਨਾਸਾ, ਅਮਰੀਕੀ ਪੁਲਾੜ ਖੋਜ ਸੰਸਥਾ। ਪ੍ਰਿਥਵੀ ਮਿਜ਼ਾਈਲ, ਭਾਰਤ ਦੀ ਆਪਣੀ ਬਣਾਈ ਹੋਈ ਮਿਜ਼ਾਈਲ। ਭਾਰਤ ਰਤਨ, ਦੇਸ਼ ਦਾ ਸਭ ਤੋਂ ਵੱਡਾ ਸਨਮਾਨ। ਵਿਕਰਮ ਸਾਰਾਭਾਈ, ਪ੍ਰਸਿੱਧ ਸਾਇੰਸਦਾਨ। ਟਿੱਪੂ ਸੁਲਤਾਨ, ਮੈਸੂਰ ਦਾ ਰਾਜਾ।